ਨਾ ਕਿਸੇ ਨੇ ਨੀ ਮਾਨਸਾ ਦਾ ਨਾਂ ਲੈਤਾ, ਮੈਂ ਤੇ ਮੂਛੇ ਵਾਲੇ ਨੀ ਲੈਤਾ। ਮਾਨਸਾ ਦੀ ਤਿੰਨ ਕੂਣੀ ਤੇ ਕੱਲ ਯਾਰਾਂ ਨੇ ਮੰਡੀਰ ਖੜਕਾ ਦੀ। ਮਾਨਸਾ ਦੀ ਤਿੰਨ ਕੂਣੀ ਤੇ ਕੱਲ ਯਾਰਾਂ ਨੇ ਮੰਡੀਰ ਖੜਕਾ ਦੀ। ਸਤਿ ਸ੍ਰੀ ਅਕਾਲ ਮਿੱਤਰੋ, ਅੱਜ ਪੰਜਾਬ ਦੇ ਉਸ ਨੌਜਵਾਨ ਕਲਾਕਾਰ ਨਾਲ ਮਿਲਾਵਾਂਗੇ ਜਿਸ ਦੀ ਆਵਾਜ਼ ਸੁਣ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਓਗੇ ਕਿ ਯਾਰ ਐਡੀ ਕਲਾ ਲਿਆਂਦੀ ਕਿੱਥੋਂ ਹੈ। ਆ ਜਾਓ, ਆਪਾਂ ਉਸ ਪਿੰਡ ਦੇ ਵਿੱਚ ਆਏ ਆ ਤੇ ਉਸ ਕਲਾਕਾਰ ਕੋਲ ਚੱਲਾਂਗੇ। ਜਲਦੀ ਆ ਜਾਓ, ਭੱਜ ਕੇ ਖੜ ਜਾਓ, ਖੜ ਜਾਓ। ਕੌਣ ਹੈ ਤੂੰ? ਕਿੱਧਰ ਮੂੰਹ ਚੱਕਿਆ ਹੈਗਾ ਬਾਈ? ਕਲਾਕਾਰ ਦੀ ਇੰਟਰਵਿਊ ਕਰਨ ਆਏ ਆ ਸੀ। ਮੈਂ ਤਾਂ ਗਨਮੈਨ ਆ ਸੋਤੇ ਦਾ। ਕਿਹੜਾ ਗਨਮੈਨ? ਇਹਨੂੰ ਵੀ ਗਨਮੈਨ ਮਿਲ ਗਿਆ? ਹਾਂ, ਇਹਨੂੰ ਗਨਮੈਨ ਮਿਲ ਗਿਆ। ਬਾਈ ਨੂੰ ਪੁੱਛ ਕੇ ਆਇਆ ਸੀ ਮਿਲਣਾ ਉਹਨੂੰ। ਦੋਸਤੋ, ਬਾਈ ਨੂੰ ਗਨਮੈਨ ਮਿਲ ਗਿਆ ਤੇ ਆਪਾਂ ਗੱਲਬਾਤ ਕਰਾਂਗੇ। ਗਨਮੈਨ ਮਿਲਿਆ ਤੇ ਓਏ ਆ ਜਾਣੇ ਆ ਜਾਣੇ ਇਹਨਾਂ ਨੂੰ, ਇਹ ਆਪਣੀ ਨੀ ਟੇਡੀ ਵਿੰਗੀ ਖਬਰ ਲਾਦਾ ਨਹੀਂ ਹੈ। ਠੀਕ ਆ ਬਾਈ, ਤੈਨੂੰ ਕੀ ਪਤਾ ਯਾਰ ਅਸੀਂ ਗੱਲ ਕਰਨੀ ਹੈ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਨੇ? ਠੀਕ ਆ ਜੀ। ਤੇ ਨਾਮ ਕੀ ਹੈ ਤੁਹਾਡਾ? ਪੱਕਾ ਨਾਮ ਕੀ ਹੈ? ਨਾਮ ਆਪਣਾ ਚਾਰੇ ਪਾਸੇ ਗੂੰਜਦਾ ਗੁਰਪ੍ਰੀਤ ਸੋਤਾ ਬਣਾ ਵਾਲੀ। ਠੀਕ ਹੈ ਤੇ ਬਾਈ ਮੈਨੂੰ ਇਹ ਦੱਸ, ਤੂੰ ਆ ਜਿਹੜਾ ਗਨਮੈਨ ਰੱਖਿਆ ਇਹ ਕਾਹਦੇ ਵਾਸਤੇ ਰੱਖਿਆ? ਕੀ ਖਤਰਾ ਤੈਨੂੰ? ਇਹ ਚਾਰੇ ਪਾਸੇ ਆਉਂਦੇ ਆ ਜੇ ਲੋਕ, ਇਹ ਸਕਿਉਰਿਟੀ ਰੱਖੀ ਹੋਈ ਆ ਆਪਾਂ। ਕਿਹਨੇ ਦਿੱਤੀ ਹੈ ਤੈਨੂੰ ਸਕਿਉਰਿਟੀ? ਇਹ ਸਕਿਉਰਿਟੀ ਆਪਾਂ ਪ੍ਰਾਈਵੇਟ ਰੱਖ ਲਈ। ਅੱਛਾ, ਆਪ ਦਾ ਬੰਦਾ ਇਹ? ਆਪ ਦਾ ਹੀ ਬੰਦਾ ਗਾ। ਇਹ ਪਤੰਦਰ ਪੱਤਰਕਾਰਾਂ ਨੂੰ ਰੋਕ ਲੈਂਦਾ? ਇਹਨੂੰ ਜਦੋਂ ਕੋਈ ਕਿਸੇ ਦਾ ਪਤਾ ਹੋਵੇ, ਇਹਨੂੰ ਵੀ ਗਾਹ ਤੋਂ ਦਾਦ ਹੁੰਦਾ। ਇਹਨੂੰ ਮੈਂ ਮਹੀਨੇ ਦੇ ਤਨਖਾਹ ਦੇਣੀ ਹੁੰਦੀ ਆ ਨਾ। ਕਿੰਨੀ ਤਨਖਾਹ ਦਿੰਦਾ? ਇਹਨੂੰ ਮੈਂ ਦਿੰਦਾ 9000 ਰੁਪਇਆ। 9000 ਰੁਪਇਆ? ਹਾਂਜੀ। ਤੇ ਸੋਤੇ ਫਿਰ ਐ ਦੱਸ, ਆਪਣੀ ਜ਼ਿੰਦਗੀ ਬਾਰੇ ਦੱਸ ਕੋਈ ਗੱਲਾਂ ਬਾਤਾਂ ਵੀ, ਤੂੰ ਕੀ ਕਰਦਾ ਤੇ ਕੀ ਤੇਰੇ ਚ ਕਲਾ? ਹਾਂਜੀ, ਊ ਤਾਂ ਆਪਣੇ ਚ ਕਲਾ ਤੁਹਾਨੂੰ ਪਤਾ ਬਹੁਤ ਸਾਰੀ ਆ। ਆਪਾਂ ਮੰਨ ਕੇ ਗਾਣੇ ਲਿਖਦੇ ਆ, ਗਾਉਣੇ ਆ, ਨਾਲ ਨਾਲ ਆਪਾਂ ਪੋਸਟਰ ਡਿਜ਼ਾਈਨ, ਲੈਟੈਕਸ ਵੀਡੀਓ ਤੇ ਕਈ ਮੇ ਤੋਂ ਮੌਨਟਾਈਜ਼ ਵੀ ਕਰਾ ਕੇ ਲੈ ਜਾਂਦੇ ਆ ਚੈਨਲ ਫੇਸਬੁੱਕ ਯੂਟਿਊਬ ਦਾ। ਅੱਛਾ, ਲੇਰਸ ਗਾਣਾ ਲਿਖਦੇ ਹੋ ਤੁਸੀਂ, ਗਾਉਂਦੇ ਵੀ ਹੋ? ਹਾਂਜੀ ਹਾਂਜੀ, ਲਿਖਦੇ ਵੀ। ਇੱਕ ਤੁਹਾਡਾ ਗਾਣਾ ਬਹੁਤ ਮਸ਼ਹੂਰ ਹੋਇਆ ਸੀਗਾ ਮਾਨਸਾ ਦੀ ਤਿੰਨ ਕੋਣੀ ਤੇ, ਗਾਣਾ ਸੁਣਾ ਦਿਓ ਪਹਿਲਾਂ। ਹਾਂਜੀ ਹਾਂਜੀ, ਗਾਣਾ ਤੁਹਾਨੂੰ ਮੈਂ ਸੁਣਾ ਦਿੰਦਾ ਜੀ। ਸੁਣਾਓ ਜੀ। ਹਾਂਜੀ, ਇੱਕ ਗਾਣਾ ਆਪਣਾ ਆਉਣਾ ਗਾ ਦੋਗਲੇ ਬੰਦੇ। ਅੱਛਾ ਹਾਂ, ਤੇ ਇੱਕ ਕੁੰਡੀ ਮੁੱਛ ਵੀ ਬਹੁਤ ਚੱਲਿਆ ਸੀ ਤੁਹਾਨੂੰ ਪਤਾ। ਹੁਣ ਤਿੰਨ ਕੁਣੀ ਸੁਣਾਈਏ ਕਿ ਕੁੰਡੀ ਮੁੱਛ? ਪਹਿਲਾਂ ਸਾਨੂੰ ਤਿੰਨ ਕੁਣੀ ਸੁਣਾ ਦਿਓ ਕਿਉਂਕਿ ਉੱਥੇ ਧਰਨਾ ਲੱਗਿਆ ਹੋਇਆ। ਹੁਣ ਸੁਣਾ ਦਿਓ। ਠੀਕ ਆ ਚਲੋ। ਆਇਆ ਜੀ, ਮਾਨਸਾ ਦੀ ਤਿੰਨ ਕੂਣੀ ਤੇ ਆਖਦੇ ਨੇ ਲੋਕੀ ਕਿ ਲੜਾਈ ਮੁੱਲ ਲੈ ਲਈ, ਤਾਂ ਹੀ ਤਾਂ ਗੁਰਪ੍ਰੀਤ ਬਣ ਗਿਆ ਬੇਲੀ। ਬਣਾ ਵਾਲੀ ਵਿੱਚ ਸੋਹਤੇ ਨੇ ਹੁਣ ਪੂਰੀ ਬੱਲੇ ਬੱਲੇ ਕਰੀ ਵਾਦੀ। ਮਾਨਸਾ ਦੀ ਤਿੰਨ ਕੂਣੀ ਤੇ ਕੱਲ ਯਾਰਾਂ ਨੇ ਮੁੰਡੀ ਦੀ ਖੜਕਾ ਦੀ। ਮਾਨਸਾ ਦੀ ਤਿੰਨ ਕੂਣੀ ਤੇ। ਹਾਂਜੀ, ਅੱਗੇ ਬਾਈ ਹੋਰ ਕੁਛ? ਇੰਨੀ ਲੈਣਾ ਲਿਖੀਆਂ ਸੀ, ਹੋਰ ਵੀ ਲਿਖਿਆ ਤਾਂ ਉਹ ਛਨਾਉਣੀ ਅਸੀਂ। ਜਿਹੜੀ ਮਾਨਸਾ ਦੀ ਤਿੰਨ ਕੋਣੀ ਤੋਂ ਮੰਡੀਰ ਖੜਕਾਈ ਸੀ, ਉੱਥੇ ਤਾਂ ਧਰਨਾ ਲੱਗ ਗਿਆ ਫਿਰ। ਹੁਣ ਇਹ ਪਤਾ ਨੀ ਕਿਵੇਂ ਲਾ ਰੱਖਿਆ, ਆਪਾਂ ਤਾਂ ਕੁਛ ਕਹਿ ਨੀ ਸਕਦੇ ਇਹਨਾਂ ਬਾਰੇ। ਨਹੀਂ, ਸੱਚੀ ਮੁੱਚੀ ਮੰਡੀਰ ਖੜਾਈ ਖੜਕਾਈ ਸੀ, ਕੋਈ ਲਿਖਤਾ ਸੀ ਗਾਣਾ? ਇਹ ਉਹਨਾਂ ਟਾਈਮਾਂ ਚ ਜਦੋਂ ਅਸੀਂ ਉੱਧਰ ਕਾਲਜ ਜਾਂਦੇ ਹੁੰਦੇ। ਕਿਹੜੇ ਕਾਲਜ? ਨਾਇਡੂ ਕਾਲਜ ਆ ਉੱਥੇ ਮਾਨਸਾ। ਨਾਇਡੂ ਕਾਲਜ ਤਾਂ ਪੜ੍ਹੇ ਹੋਏ ਹੋ ਤੁਸੀਂ? ਹਾਂ, ਉਧਰ ਜਦੋਂ ਜਾਂਦੇ ਤੇ ਉਹ ਬੱਸ ਕਨੈਕਟਰ ਕੀ ਕਰਦਾ, ਟਿਕਟ ਉਹੀ ਬੰਗਲ ਤੋਂ ਲੈ ਜਾਂਦਾ ਤੇ ਉਦੋਂ ਅਸੀਂ ਕਿਤੇ ਉਹ ਕੀ ਕਰਦਾ ਹੈ, ਉਹ ਮੱਡੀ ਦੇ ਹੁੰਦੀ ਹੈ ਜਿਹੜੀ ਉਹ ਲੜ ਦੀ ਟਿਕਟ ਪਿੱਛੇ, ਉਦੋਂ ਮੇਰੇ ਦਿਮਾਗ ਚ ਆ ਗਿਆ ਉੱਥੇ, ਤਾਂ ਕਰਕੇ ਮੈਂ ਬਣਾਇਆ। ਤੇ ਕਿਸੇ ਨੇ ਆਖਿਆ ਨੀ ਤੈਨੂੰ ਵੀ ਮਾਨਸਾ ਦੀ ਤਿੰਨ ਕੋਣੀ ਤੇ ਕਿਉਂ ਗਾਣਾ ਲਿਖਤਾ? ਤੇ ਨਾ ਨਾ ਕਿਸੇ ਨੇ ਨੀ ਆਖਿਆ। ਆਪਾਂ ਜੋ ਵੀ ਵੱਡੇ ਸਿੰਗਰ ਬਣਦੇ ਆ, ਆਰਨੇ ਟੂ ਨੂਟ ਜਾਂ ਕੋਦਾਲਾ ਇਹ ਜੇ, ਇਹਨਾਂ ਕਿਸੇ ਨੇ ਨੀ ਮਾਨਸਾ ਦਾ ਨਾਂ ਲੈਤਾ। ਨੀਟੂ ਸ਼ਟਰ ਵਾਲਾ ਮਿਲੇ ਬਈ ਤੈਨੂੰ ਕਦੇ? ਨੀਟੂ ਨਾਲ ਵੀਡੀਓ ਕਾਲ ਬੰਦੇ ਨਾਲ ਬਹੁਤ ਵਾਰੀ ਹੋਈ ਆ ਤੇ ਬੰਦਾ ਦਿਲਸ਼ਾਫ ਬੰਦਾ, ਤੇ ਮੈਂ ਵੀ ਉਹਨਾਂ ਹਰ ਗਈ ਆ, ਆਪਣਾ ਭਾਈ ਆ। ਤੇ ਚੁੰਮੇ ਵਾਲੀ ਭਾਬੀ? ਉਹ ਵੀ ਹੈ, ਉਹ ਨੀ ਕਿਸੇ ਕੰਮ ਦੇ ਜ਼ਿਆਦਾ। ਉਹ ਕਿਵੇਂ ਨੀ ਕੰਮ ਦੇ, ਉਹ ਵੀ ਦੱਸ। ਉਹ ਪਹਿਲੀ ਗੱਲ ਮੇਰੇ ਨਾਲ ਉਹ ਮਾਰਕੀਟ ਚ ਬਾਅਦ ਚ ਆਏ ਆ। ਹੈ ਆ ਨੀਟੂ ਭਾਜੀ ਹੋਏ ਜਾਂ ਚੀਮਾ ਹੋਇਆ,
ਇਹਨਾਂ ਨੇ ਤਾਂ ਇੱਕ ਆਪਣੀ ਇੰਟਰਵਿਊ ਨਹੀਂ ਦਿੰਦੇ ਹੁੰਦੇ 30 ਸਕਿੰਟਾਂ ਦੀ। ਠੀਕ ਹੈ, ਮੈਂ ਤਾਂ ਕਿਤੇ ਗਾਣਾ ਆਉਣਾ ਸੀ, ਮੈਂ ਉਹਨਾਂ ਨੂੰ ਆਖਿਆ ਐ ਕਰਕੇ ਬੋਲ ਦੋ। ਉਹਨਾਂ ਨੇ ਤਾਂ ਚੀਮੇ ਨੇ ਤੇ ਨੀਟੂ ਨੇ ਤਾਂ ਭੇਜਤਾ ਮੈਨੂੰ 30 ਸਕਿੰਟਾਂ ਨਾ ਬੋਲ ਕੇ, ਇਹਨਾਂ ਨੇ ਬੋਲੇ ਨੀ ਹੈ, ਕਹਿੰਦੇ ਅਸੀਂ ਜਾਣਦੇ ਨੀ ਆਏ ਨੀ। ਮੈਂ ਤੁਸੀਂ ਜੇ ਮੇਰੇ ਤੋਂ ਬਾਅਦ ਆਏ ਹੋ ਤੇ ਫੇਰ ਵੀ ਐ ਕਰ ਦੋ, ਢਿੱਡ ਫਲਾ ਰੱਖਿਆ ਕਾਗਾ ਤਲੀਆਂ ਚੀਜ਼ਾਂ ਉਹਨਾਂ ਨੇ ਤਾਂ ਕਿੰਨੀ ਉਮਰ ਹੋ ਗਈ? ਉਮਰ ਆਪਣੀ 22 ਸਾਲਾਂ ਦਾ ਹਜੇ। ਹਾਂ ਠੀਕ ਹੈ, 22 ਸਾਲਾਂ ਦਾ ਨੀ ਲੱਗਦਾ, ਤਾਂ ਵੱਧ ਲੱਗਦਾ। ਅੱਛਾ, ਸੰਤਾਂ ਲੱਗਦਾ ਤੂੰ 35-40 ਸਾਲਾਂ ਦਾ। ਖਤਰਾ ਕੀ ਹੈ, ਇਹ ਗਨਮੈਨ ਕਿਉਂ ਰੱਖਿਆ ਤੈ? ਇਹ ਖਤਰਾ ਆਉਂਦੇ ਜਾਂਦੇ ਜਦੋਂ ਵੱਧਦਾ ਇੰਟਰਵਿਊ ਵਾਲੇ ਜਾਂ ਕੋਈ ਮਿਲਣ ਆਉਂਦੇ ਆ, ਇਹ ਪਹਿਲਾਂ ਸੰਦੇਸ਼ ਦਿੰਦਾ ਹੈਗਾ ਆਪਾਂ ਨੂੰ ਬਈ ਕਿਵੇਂ ਆ ਰਹੇ ਆ, ਭੇਜ ਦੀ ਅੰਦਰ ਜਾਂ ਨਾ। ਉਹ ਅੱਜ ਕੱਲ ਕਹੀਏ ਕਾਰਤੂਸ ਰੱਖੀ ਰੱਖਦੇ ਆਗੇ। ਠੀਕ ਹੈ, ਹਾਂਜੀ ਹਾਂਜੀ, ਵੀ ਐ ਨਹੀਂ ਪਤਾ ਸੋਤੇ ਨੂੰ ਕਦੋਂ ਮਾਰ ਜਾਣ। ਹਾਂ ਹਾਂ ਹਾਂ, ਸਕਿਉਰਟੀ ਜ਼ਰੂਰੀ ਆ, ਸਕਿਉਰਟੀ ਜ਼ਰੂਰੀ ਹੈ। ਤੇ ਹੋਰ ਗਾਣਾ ਸੁਣਾ ਬਈ ਸੋਤੇ, ਕੋਈ ਹੋਰ ਜਿਹੜਾ ਲਿਖਿਆ ਤੇ ਆਪ ਦਾ? ਹੋਰ ਗਾਣਾ ਇੱਕ ਆਪਣਾ ਗਾਣਾ ਚੱਲਿਆ ਸੀ ਕੁੰਡੀ ਮੱਛ, ਕੁੰਡੀ ਮੱਛ ਲਾ ਦੇ। ਤੇ ਹੋਰ ਵੀ ਆਏ ਤਾਂ ਬਹੁਤ ਆ, ਕੁੰਡੀ ਮੱਛ ਲਾ ਦਈਏ। ਹਾਂ, ਕੁੰਡੀ ਮੱਛ ਲਾ ਦੇ। ਉਹ ਆਏ ਸੀਗਾ, ਰੱਖੀਆਂ ਨੀ ਕੁੰਡੀ ਮੱਛ ਤੇਰੇ ਯਾਰ ਨੇ, ਨਾਲੇ ਰੱਖੀਆਂ ਨੇ ਕੈ ਬਿੱਲੋ ਚੜਤਾ, ਫੋਕਰੀਆਂ ਪਿੱਛੇ ਲੱਗ ਨਹੀਂ ਉਹ ਕਦੇ ਮਾਰ ਮੁੱਕਦਾ, ਹੋਇਆ ਫਿਰੇ ਫੈਨ ਮੁੰਡਾ ਕੈ ਬਲੁੱਕਦਾ, ਜਿਹਨੂੰ ਬੱਛ ਜ਼ਿੰਦਗੀ ਚ ਪਿਆਰ ਕਰੀਏ, ਨਾ ਹੀ ਰੱਖੀਆਂ ਨੇ ਵਿੱਚ ਬਿੱਲੋ ਛੜਤਾ, ਰੱਖੀਆਂ ਨੀ ਕੁੰਡੀ ਮੱਛ ਤੇਰੇ ਯਾਰ ਨੇ, ਨਾਲੇ ਰੱਖੀਆਂ ਨੇ ਕੈ ਬਿੱਲੋ ਚੜਤਾ। ਹਾਂਜੀ, ਵੈਰੀ ਗੁੱਡ, ਬਹੁਤ ਘੈਂਟ ਬਾਈ। ਹੋਰ ਕੁਛ ਨਵਾਂ ਕੁਛ ਲਿਖਿਆ? ਹੋਰ ਨਵੇਂ ਬਾਛ ਆਉਣ ਵਾਲੇ ਆ, ਕਮੇਡੀਆਂ ਜ਼ਿਆਦਾ ਆ ਰਹੀਆਂ ਆਪਣੀਆਂ ਵੀਡੀਓ, ਕਮੇਡੀ ਵੀਡੀਓ ਹੈ। ਹਾਂ, ਤੇ ਨਾਲ ਨਾਲ ਆਪਣੇ ਕਾਫੀ ਸ਼ੌਂਕ ਪਹਿਲਾਂ ਆ ਗਏ। ਇੱਕ ਸੁਣਾ ਦੋ ਕੋਈ, ਟਾਈਮ ਚੇਂਜ ਆ ਇੱਕ ਗਾਣਾ ਆਪਣਾ, ਇੱਕ ਕੁੰਡਲੀ ਤੇ ਖਿਆਲਾਂ ਵਾਲੀ ਹੀਰ। ਖਿਆਲਾਂ ਵਾਲੀ ਹੀਰ ਸੁਣਾ ਦੋ। ਇੱਕ ਆਇਆ ਸੀ ਆਪਣਾ ਕਿਸਮਤ ਸ਼ੌਂਕ, ਸਾਨੂੰ ਖਿਆਲਾਂ ਵਾਲੀ ਹੀਰ ਸੁਣਾਓ, ਦੇਖਦੇ ਆ ਖਿਆਲਾਂ ਵਾਲੀ ਹੀਰ ਹੈ ਕੌਣ ਤੁਹਾਡੀ। ਹਾਂਜੀ ਹਾਂਜੀ, ਕਿਸਮਤ ਆਏ ਸੁਣਾ ਰਿਹਾ ਸ਼ੌਂਕ ਇੱਕ। ਹੁਣ ਲੰਘ ਦੀਆਂ ਘੋਰੀਆਂ ਟਵੱਟ ਕੇ, ਗੱਲ ਕਰੇ ਆ ਕਦੇ ਕਿ ਪਿੱਛੇ ਹਟ ਕੇ, ਹੁਣ ਲੰਘ ਦੀਆਂ ਘੋਰੀਆਂ ਟਵੱਟ ਕੇ, ਗੱਲ ਕਰੇ ਆ ਕਦੇ ਕਿ ਪਿੱਛੇ ਹਟ ਕੇ, ਮੇਰੇ ਮਾਲਕ ਦੀ ਮੇਰੀ ਜਦ ਹੋ ਗਈ, ਸਾਰੀ ਦੁਨੀਆ ਤੇ ਬੈਨਰ ਲਵਾ ਦੇਵਾਂਗੇ, ਹਾਲੇ ਮਾੜੀ ਕਿਸਮਤ ਨਾਲ ਲੜਦੇ ਤੈਮਾ ਉਹਨੇ ਦੇ ਕਾਨੇ ਸਿਧਾ ਲਾ ਦੇਵਾਂਗੇ, ਹਾਲੇ ਮਾੜੀ ਕਿਸਮਤ ਨਾਲ ਲੜਦੇ ਤੈਮਾ ਉਹਨੇ ਦੇ ਕਾਨੇ ਸਿਧਾ ਲਾ ਦੇਵਾਂਗੇ। ਹਾਂਜੀ, ਵੈਰੀ ਗੁੱਡ ਵੈਰੀ ਗੁੱਡ, ਬਹੁਤ ਘੈਂਟ ਲੱਗਿਆ। ਤੇ ਗਨਮੈਨ ਨੂੰ ਬਦੂਕ ਵਧਾ ਕੇ ਲੈ ਦੇ ਕੋਈ, ਇਹ ਡੰਡੇ ਨਾਲ ਤਾਂ ਸੱਪ ਨੀ ਮਰਦਾ। ਹਾਂਜੀ ਹਾਂਜੀ, ਇਹਨੂੰ ਹੁਣ ਆਉਣ ਵਾਲਾ ਨਵਾਂ ਸਾਲਾ ਬੱਚ, ਇਹਨੂੰ ਬਲਦੀ ਹੋਰ ਲਿਆਉਣੀ ਆ, ਬੂਟ ਮੈਂ ਲੈ ਕੇ ਦੇਣਾ ਸਾਰੀ ਅੱਡਾ ਦੇ ਅੱਛ ਵਗੈਰਾ, ਨਾਲੇ ਇੱਕ ਗੰਨ ਲੈ ਕੇ ਦੇਵਾਂਗੇ ਇਹਨੂੰ ਵਧੀਆ ਜੀ। ਅੱਛਾ, ਵੀ ਕਿਸੇ ਕੰਪਨੀ ਤੋਂ ਬੋਰਡ ਹੋਇਆ ਤੂੰ, ਕਿਸੇ ਕੰਪਨੀ ਨੇ ਬੋਰਡ ਕੀਤਾ ਤੈਨੂੰ? ਹਾਂ ਹਾਂ, ਕਾਫੀ ਕੰਪਨੀਆਂ ਚ ਆਏ ਆਪਣੇ ਗਾਣੇ, ਪਹਿਲਾਂ ਬਾਂਡ ਹੋਏ ਚ, ਪਰ ਹੁਣ ਮੇਰਾ ਜੀ ਤਾਂ ਕਰਦਾ ਨੀ ਬਾਂਡ ਨੂੰ, ਆਪਦਾ ਹੀ ਕੰਮ ਚਲਾ ਰੱਖਿਆ ਉਹਨਾਂ, ਆਪਦੀ ਕੰਪਨੀ ਆ ਆਪਣੇ ਕੋਲੇ। ਠੀਕ ਹੈ, ਤੇ ਫਿਰ ਪੈਸੇ ਪੂਸੇ ਆਉਂਦੇ ਆ ਸੋਤੇ ਨੂੰ ਫੇਸਬੁੱਕ ਯੂਟਿਊਬ ਤੋਂ? ਹਾਂ ਹਾਂ, ਆਈ ਜਾਂਦੇ ਆ, ਉਤੋਂ ਬਸ ਚੱਲੀ ਜਾਂਦਾ ਆਪਣਾ ਕੰਮ, ਗੁਜ਼ਾਰਾ ਹੁੰਦਾ। ਹਾਂ ਹਾਂ, ਹੋਈ ਜਾਂਦਾ ਵਧੀਆ, ਤੋਰੀ ਫਲਕਾ ਚੱਲੀ ਜਾਂਦਾ। ਤੇ ਫਿਰ ਵਿਆਹ ਕਦੋਂ ਕਰਾਉਣਾ? ਵਿਆਹ ਕਰਾਵਾਂਗੇ ਹੌਲੀ ਹੌਲੀ। ਹੌਲੀ ਹੌਲੀ ਕਿਉਂ ਹੈ? ਹੌਲੀ ਹੌਲੀ ਕਿਵੇਂ ਕਰਾ ਲਾਂਗੇ ਜੋ ਟਾਈਮ ਆ ਗਿਆ, ਆਪੀ ਮਤਾਂ ਤੋਂ ਮਾਲਕ ਸੁਣ ਲਓ। ਠੀਕ ਹੈ ਠੀਕ ਹੈ। ਤੋ ਦੋਸਤੋ, ਇਹ ਸੀ ਸਾਡੇ ਨਾਲ ਸੋਤਾ, ਤੇ ਬਹੁਤ ਵਧੀਆ ਬਾਈ ਨੇ ਗੱਲਬਾਤ ਕੀਤੀ। ਤੇ ਬਾਈ ਐ ਕਰੀ,
लुधियाने वाली साइड हो गया। अच्छा एदो बठिंडे च भी पै जांदे आ, दो तीन लाए आ छो। अच्छा ओ तां पक्के फिर लुधियाने वाले नीटू छड़न वाले ने दित्ते होने। ना 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 भाई ओदे नाल तां फिल्मां आईयां दो छाडियां। कोई पता नहीं किस तरह दे लिख दे अज कल अड्डो अड टैलेंट हुंदा बंदे च। हां आपां वधिया पूरा गाना शौक दा अद्धे घंटे विच दो गाने तैयार कर। YouTube चैनल होया, फेसबुक पेज होया, मोनेटाइज कराउना होवे ਤਾਂ ਵੀ ਆਪਣੇ ਨਾਲ ਸੰਪਰਕ ਕਰ ਸਕਦਾ। ਜਾਂ ਲੈ ਦੇਖ ਵੀਡੀਓ ਸੀਡੀ ਵੀਡੀਓ ਤੇ ਜਾਂ ਗਾਣੇ ਦਾ ਪੋਸਟਰ ਡਿਜ਼ਾਈਨ ਕਰਵਾਉਣਾ ਹੋਵੇ ਤਾਂ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਆ। 68,000 92,44 68,000 92,44 ਅੱਛਾ ਇਹ ਨੰਬਰ ਤੇਰਾ।